ਨਾ ਬੈ ਵੇਖ ਲਓ ਮੇਰੀਆਂ ਡੀਲਾਂ ਅਫਜ਼ਲ ਇਲੈਕਟ੍ਰੋਨਿਕਸ ਤੇ ਚੱਲਦੀਆਂ ਨੇ ਪਈਆਂ ਹੈ ਫਟਾਫਟ ਦੋ ਪੈਸੇ ਕਮਾਉਣਾ ਚਾਹੁੰਦੇ ਹੋ ਫਟਾਫਟ ਦੋ ਫਾਲੋ ਕਰੋ ਵੇਖ ਲਓ ਇਹ ਅਫਜ਼ਲ ਇਲੈਕਟ੍ਰੋਨਿਕਸ ਤੇ ਫਟਾਫਟ ਦੋ ਕੇ ਸਬਸਕ੍ਰਾਈਬਰ ਜਾਓ ਵੇਖ ਲਓ ਬਰਾੜੀ ਮੇਲਾ ਛਾਏ ਆ ਜੇ ਕਿਤੇ ਕਿਤੇ ਹੈ ਅਫਜ਼ਲ ਇਲੈਕਟ੍ਰੋਨਿਕਸ ਦੇ ਵੀ ਚੱਲਦੀਆਂ ਨੇ ਵੀਡੀਓ ਆਪਣੀਆਂ ਮਸ਼ਹੂਰ ਹੋਣਾ ਚਾਹ ਰਿਹਾ ਨਾ ਅਫਜ਼ਲ ਇਲੈਕਟ੍ਰੋਨਿਕਸ ਸਾਡੀ ਵਜ੍ਹਾ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੁਲਾ ਕਰ ਦਿਓ ਇਹਨਾਂ ਦਾ ਵੀ ਕਿਉਂ ਸਾਹ ਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣਗੇ ਵੈਲਕਮ ਬੈਕ ਹੋ ਗਿਆ ਸਾਰਿਆਂ ਦਾ ਬ੍ਰੈਂਡ ਨਿਊ ਵਲੌਗ ਦੇ ਅੰਦਰ ਅਤੇ ਜਨਾਬ ਤੁਹਾਨੂੰ ਪਤਾ ਹੈ ਗਿਵਵੇ ਚੱਲ ਰਿਹਾ ਈਦ ਨੂੰ ਰਹਿ ਗਏ ਨੇ ਤਕਰੀਬਨ ਕੋਈ ਕਿੰਨੇ ਕਾਸ਼ੀ ਦਿਨ ਰਹਿ ਗਏ ਨੇ ਈਦ ਨੂੰ ਰਹਿ ਗਏ ਨੇ ਕੋਈ 8 ਕੁ ਦਿਨ 8 ਕੁ ਦਿਨ ਰਹਿ ਗਏ ਤੇ ਫਟਾਫਟ ਚੈਨਲ ਸਬਸਕ੍ਰਾਈਬ ਕਰੀ ਜਾਓ ਅੱਲਾ ਦੇ ਬੰਦੇ ਹੋ 15000 ਰੁਪਇਆ ਜਿੱਤਣ ਦਾ ਮੌਕਾ ਤੁਹਾਡੇ ਵਾਸਤੇ ਲਾਏ ਆ ਮੈਂ ਤਾਂ ਕੰਮ ਬੰਦ ਕਰਾ ਖੜੇ ਆਪਣਾ ਭੇਰੀ ਵੇਖ ਲਓ ਮੈਂ 15000 ਮੁੰਡਿਆਂ ਨੂੰ ਦੇਣਾ ਵੇ ਪਰ ਤੁਸੀਂ ਵੀ ਠੰਡੇ ਬੰਦੇ ਹੋ ਨਹੀਂ ਲੈਣਾ ਚਾਹਦੇ ਤੁਹਾਡੀ ਮਰਜ਼ੀ ਹੈ ਕਿਉਂ ਕਾਈ ਸਾਹਿਬ ਇੰਜੀ ਕਰ ਕਾਈ ਸਾਹਿਬ ਈਦ ਤੱਕ 15000 ਰੁਪਏ ਇਨਾਮ ਰੱਖ ਛੜੇ ਆ ਮੈਂ ਚੈਨਲ ਸਬਸਕ੍ਰਾਈਬ ਕਰੀ ਜਾਓ ਫਟਾਫਟ ਜਨਾਬ ਪੈਸੇ ਲਵੋ ਤੇ ਜਨਾਬ ਵੇਖ ਜੀ ਕੰਮ ਸ਼ਾਮ ਸ਼ੁਰੂ ਕਰਾ ਖੜੇ ਆ ਫਿਰ ਮੋਟਰ ਛੋਟਰ ਲੱਗ ਰਹੀ ਉਹ ਬੋਰ ਸ਼ੋਰ ਵੀ ਹੋ ਰਿਹਾ ਭਾਅ ਬਦ ਵੀ ਖਲੋਤਾ ਹੈ ਭਾਅ ਬਦ ਫਰਾਡੀਆ ਬੰਦਾ ਸਹੀ ਇਹ ਆਸਮ ਇਲੈਕਟ੍ਰੀਸ਼ੀਅਨ ਦਾ ਛੋਟਾ ਭਰਾ ਹੈ ਤੇ ਕਾਫੀ ਲੰਮੇ ਦੇ ਹੁੰਦੇ ਨੇ ਜਿਹੜੇ ਘਰ ਜਾਂਦਾ ਉਹਨਾਂ ਦੇ ਅਸਲੀ ਪੁਰਜੇ ਬੈਗ ਜੇ ਭਾ ਲੈਂਦਾ ਤੇ ਦੋ ਨੰਬਰ ਲਾੜਦਾ ਪਤਾ ਨਹੀਂ ਹੋ ਜੀ ਸ਼ੂਗਰ ਲੱਗੇ ਆ ਸੀਰੀਅਸ ਨਾ ਲਿਓ ਜੇ ਭਾਵ ਬੜਾ ਨਾਈਸ ਬੰਦਾ ਠੀਕ ਹੈ ਤੇ ਮੈਨੇ ਆ ਕੋਈ ਪ੍ਰੋਗਰਾਮ ਦਾ ਯਾਰ ਡਸਕੇ ਜਾਣਾ ਵੇ ਇੱਕ ਦੋ ਚੀਜ਼ ਲੈ ਕੇ ਆਉਣੀ ਹੈ ਕੱਲ੍ਹ ਇੱਕ ਜੁੱਤੀ ਲੈ ਕੇ ਆਏ ਹਾਂ ਤੇ ਉਹਨੇ ਜਨਾਬ ਸਾਈਜ਼ ਜਿਹੜਾ ਵੱਡਾ ਦੇਖ ਰਿਹਾ ਸਾਨੂੰ ਉਹ ਵੀ ਚੇਂਜ ਕਰਾਉਣੀ ਹੈ ਤੇ ਇੱਕ LCD ਲਿਆਉਣੀ ਹੈ LCD ਲੱਭਣੀ ਹੈ ਐਂਡਰਾਇਡ ਕੱਲ੍ਹ ਬੈਟਰੀਆਂ ਲੈ ਕੇ ਆਏ ਹਾਂ ਤੇ ਇਦੋਂ ਪਹਿਲਾਂ ਵੇਖ ਲਓ ਖਰਚੇ ਦੇ ਖਰਚੇ ਹੋ ਰਹੇ ਨੇ ਤੇ ਤੁਹਾਡੇ ਵਾਸਤੇ ਵੀ ਰੱਖੇ ਨੇ ਪੈਸੇ ਵੱਖਰੇ ਕਰਕੇ ਰੱਖੇ ਨੇ ਤੇ ਤੁਸੀਂ ਜਨਾਬ ਢਿੱਲੇ ਬੰਦੇ ਹੋ ਪਤਾ ਨਹੀਂ ਕਿਉਂ ਨਹੀਂ ਇੰਨੀ ਛੇਤੀ ਫਾਲੋ ਕਰਦੇ ਪਏ ਫਟਾਫਟ ਕਰੋ ਫਟਾਫਟ ਜਾਓ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਅਜ਼ਾਨ ਹੋਣ ਲੱਗ ਪਈ ਜੀ ਨਮਾਜ਼ ਦਾ ਟਾਈਮ ਹੋ ਗਿਆ ਨਮਾਜ਼ ਪੜ੍ਹਨੇ ਆ ਤੇ ਇਹਦੇ ਨੂੰ ਉਮਰ ਵੀ ਆਈ ਜਾਂਦਾ ਉੱਠ ਪਿਆ ਹੋਣਾ ਜੀਆਂ ਉੱਠਣ ਵਾਲਾ ਹੋਣਾ ਮੈਂ ਉੱਠ ਕੇ ਆ ਗਿਆ ਮੁੰਡਾ ਨੇ ਕਾਲ ਕੀਤੀ ਸੀ ਤੇ ਮੈਂ ਫਿਰ ਆ ਗਿਆ ਕਿਉਂਕਿ ਕੰਮ ਸ਼ੰਮ ਕਰਾਉਣਾ ਸੀ ਉਹ ਬੋਰ ਹੋ ਰਿਹਾ ਮੋਟਰ ਦਾ ਤੇ ਇਹ ਜਨਾਬ ਤਿਆਰੀ ਸ਼ਿਆਰੀ ਹੋ ਰਹੀ ਹੈ ਮੈਂ ਪੌਦਿਆਂ ਲੈ ਜਾਣਾ ਪੈਪ ਦੇ ਉੱਤੇ ਸ਼ਾਵਰ ਲਾਵਾਂਗੇ ਤੇ ਬਸ ਟੂਟੀ ਖੋਲ ਲਈ ਤੇ ਸਾਰਿਆਂ ਨੂੰ ਪਾਣੀ ਲੱਗ ਜਾ ਕਰੇਗਾ ਠੀਕ ਹੈ ਚਲੋ ਜਾਣਾ ਹੋਣ ਲੱਗ ਪਈਆਂ ਨੇ ਮੈਂ ਨਮਾਜ਼ ਪੜ੍ਹਾਂ ਨਮਾਜ਼ ਪੜ੍ਹ ਕੇ ਆਉਂਦੇ ਹਾਂ ਸਮੇਂ ਦਾ ਵੀ ਕੰਮ ਲੱਗੇ ਲੱਗ ਜਾਏਗਾ ਜੇ ਨਾ ਵੀ ਲੱਗਾ ਤਾਂ ਫਿਰ ਆਪ ਹੀ ਨਿਕਲ ਜਾਵਾਂਗਾ ਡਸਕੇ ਦੇ ਪੇ ਕਰਦੇ ਰਹਿਣਗੇ ਕੰਮ ਸ਼ਾਮ ਫੁੱਲ ਵੇਖ ਲਓ ਕਿੰਨੇ ਲੱਗ ਗਏ ਮੇਰੇ ਮੁੰਡੇ ਮਿਹਨਤ ਕਰ ਰਹੇ ਨੇ ਜੀ ਬੋਰ ਹੋ ਰਿਹਾ ਕਿੱਥੇ ਚੜ ਗਏ ਆ ਕਿੱਥੇ ਚੜ ਗਏ ਆ ਸਜਣਾ ਮੈਂ ਨਿਕਲ ਆਇਆ ਹਵੇਲੀਓ ਤੇ ਤੁਸੀਂ ਵੇਖ ਰਹੇ ਹੋ ਜਾ ਰਿਹਾ ਡਿਸਕੇ ਠੀਕ ਹੈ ਨਾਲ ਫਰ ਸਾਹਿਬ ਨੇ ਤੇ ਇਹਨਾਂ ਨੂੰ ਨਾਲ ਨਾਲ ਲਿਆ ਵੀ ਇਹੀ ਜਾ ਰਿਹਾ ਤੇਰਾ ਇਲੈਕਟ੍ਰੋਨਿਕਸ ਦੇ ਤੁਹਾਨੂੰ ਦੱਸਿਆ ਸੀ ਕਿ LCD ਲੈਣੀ ਹੈ ਅਤੇ ਉਹਦਾ ਕੋਈ ਪਤਾ ਕਰਦੇ ਹਾਂ ਕੋਈ ਹਿਸਾਬ ਬਣਾਉਂਦੇ ਹਾਂ ਫਰ ਸਾਹਿਬ ਹੋਰਾਂ ਤਦ ਨਾਲ ਲਿਆ ਇਹ ਜਨਾਬ ਆਪਣਾ ਜਿਹੜਾ ਇਹਨਾਂ ਦਾ ਤਲਕ ਵਾਸਤਾ ਨਹੀਂ ਮਾਰਿਆ ਤਾਂ ਅਫਸਰ ਆ ਰਿਹਾ ਕਾਫੀ ਅੱਛਾ ਹੈ ਮੈਂ ਕਿਹਾ ਚਲੋ ਜਿਹੜਾ ਕੋਈ 2-3 ਹਜ਼ਾਰ ਬਚਦੇ ਫਰ ਸਾਹਿਬ ਆਪਣਾ ਇਨਾਮ ਰੱਖਿਆ ਨਾ ਚੰਦ ਰਾਤ ਨੂੰ ਜਨਾਬ ਕਰਨੀਆਂ ਪਰਚੀਆਂ ਪਾਉਣੀਆਂ ਨੇ ਅੱਛਾ 15000 ਰੁਪਏ ਇਨਾਮ ਰੱਖਿਆ ਅੱਛਾ 10000 ਰੁਪਇਆ ਮੈਂ ਰੱਖਿਆ ਸੀ ਤੇ 5000 ਰੁਪਇਆ ਪਾਣੀ ਜੱਟ ਨਹੀਂ ਆਪਣਾ ਸੱਜਣ ਹਾਂਜੀ ਹਾਂਜੀ ਉਹਨੇ ਕਮੈਂਟ ਕੀਤਾ ਨਾ ਕਿ 5000 ਮੇਰੀ ਤਰਫੋਂ ਕਾਹਦਾ ਹਾਂਜੀ ਆਪਣੇ ਫਾਲੋਅਰਾਂ ਨੂੰ ਈਦ ਦੇਣੀ ਹੈ ਬਸ ਅੱਛਾ ਫਾਲੋਅਰਾਂ ਨੂੰ ਹਾਂਜੀ ਬੜੀ ਗੱਲ ਤੇ ਬਾਨੀ ਸਾਹਿਬ ਬਹੁਤ ਸ਼ੁਕਰੀਆ ਜਨਾਬ ਬਾਨੀ ਸਾਹਿਬ ਸਪੋਰਟ ਕਰਦੇ ਨੇ ਬਸ ਸਾਡੇ ਬਾਨੀ ਸਾਹਿਬ ਬਾਜੀ ਬਾਹਰ ਬਹਿ ਕੇ ਇਨਵੈਸਟ ਕਰ ਰਹੇ ਨੇ ਬਰਾਜ ਵੇਲੇ ਨੇ ਜੱਟ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਠੀਕ ਹੈ ਤੇ ਹੋਰ ਵੀ ਕੋਈ ਦੋਸਤ ਇਨਵੈਸਟ ਕਰਨਾ ਚਾਹੇ ਤਾਂ ਕਰ ਸਕਦਾ ਯਾਰ
मशहूर होना चाह रहा ना अफजल इलेक्ट्रॉनिक्स साड़ी वजह तो कोई गल नहीं भला कर दो इन्हों का भी क्यों सर जी अफजल इलेक्ट्रॉनिक्स जनाब वेखा हाँ रेट शेट भी लाए हैं तो तुम वीडियो भी आ रही है अपनी ढे भरा की वीडियो चलती भी है अफजल इलेक्ट्रॉनिक्स से हूँ ये भी चल लेने कि अभी बराड़ी की वीडियो ला के मशहूर हो गए हैं कारोबार बधाइए लेकिन इंज नहीं होता है मैं बंद करा आया मैं बंद करो ब्रांड ब्रांड हूँ इतने आ गया नईम इलेक्ट्रॉनिक्स से जी तो इतने आ के बहने की सिस्टम आ इन्हों को भी रेट पूछने एक होर फहर भाई कह रहे बंदा है वो कोई पूछने माशाल्लाह जी इतने बहुत ही मार लगा है वी लग रही है कोई पचवंजा साल इन्होंने को जनाब वह बड़िया पे जो व्डा यूट्यूबर बनाओगे ना फिर लवेंगे वीडी डेरे से लावे हवेली रिजल्ट चेक करो जी चलो एल सी डी जनाब फाइनल हो गई है तो ऐ सेम ही आई डी कार्ड भी देना आई डी कार्ड रेट से जनाब ठीक है रिजल्ट वेच सकते चलो आई डी कार्ड देिए अपने नाइए ना लवाइए पेंसिल बनवाइए तो पैसे कटा दीए टी एम जा जी एल सी डी जो पैसे को नहीं हटाया तो मैं पैसे कटा लीए पहला तो पैसे गए ने जी निकल चलो जी चलो जाके एल सी डी चुकने पैसे कटा के आ गए जी तो भाई होना जनाब हम ना लगन की साढ़े प्रॉपर्टी बिल बना रहे हैं चलो कोई नहीं आई डी कार्ड दे रहे हैं उन्होंने तो बिल शिल बन जाता दूसरे भाई ने पैक करा पैक शैक हो गया उठिए तो फिर निकलिए फटाफट क्योंकि अफतारी का टाइम हो राणा साहब राणा साहब एल सी डी ले लीए लैके तो आ गए पिछे तुम वेख सकते हो पई एल सी डी तो हूँ जा रहे हैं निकल लगे हैं वापस इतने रस्ते फहर काम से इतने रुके हैं जरा तो उस तो बाद जाने घर क्योंकि अफतारी का टाइम अन करीब भी बस है ना हो गया है तो बस फहर का वेट आंदा तो फिर निकलने वापस जल्दी जल्दी फोन किया जी हमने समोसा पट्टी लै गए जी सलाम अलैकुम बॉस क्या हाल है ठीक ठाक हो यार वो समोसा पट्टी रूल पट्टी छिछरी करो जो वक्त कौन जी है तीन देो बरीक है तो एक है ओके देो ਐ ਨਾ ਬਾਪ ਆਪਣੇ ਚਾਚੂ ਦੇ ਆਜ਼ ਨੇ ਵਿਹਲੇ 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 ਉਹ ਕੰਮ ਤੇ ਜਾਂਦੇ ਨੇ ਬਾਹੋ ਮੈਂ ਤੇ ਵਿਹਲੇ ਆਈ ਆ ਤੇ ਲਾ ਲੋ ਬੱਟ ਜੇ ਦਾਨਿਸ਼ ਬੱਟ ਦਾ ਮਰਹੂਮ ਭਾਈ ਓ ਸੋਰੀ ਮਰੂਫ ਮਸ਼ਹੂਰ ਮਰੂਫ ਭਾਈ दर्जी पता इन्हों की बनी अगे भी हां हां
ਉਹ ਸਿਕੰਦਰ ਹਯਾਤ ਚੌਰੀ ਤਲਹਾ ਸਾਹਿਬ ਚੋ ਸਾਹਿਬ ਹੈ ਲਾਮਾ ਰਹਿੰਦਾ ਖੁੱਲੀ ਡੁੱਲੀ ਬਣਾ ਰਹੀ ਹੈ ਠੀਕ ਹੈ ਨਾ ਚਲੋ ਹੁਣ ਕੱਲ ਪਰਸੋਂ ਵੇਖਿਓ ਜੀ ਵੀਡੀਓ ਮੇਰੇ 12 ਵੱਜ ਗਏ ਨੇ ਤੇ ਇਹ ਬੰਦੇ ਉਹ ਵੇਖੋ ਜੀ ਖਲੋਤੇ ਟਾਈਮ ਵੇਖੋ ਇਹ ਨਜ਼ਰ ਹੀ ਨਹੀਂ ਆ ਰਹਾ ਹੈ 11:30 ਹੋ ਗਏ ਉਹ ਹੈ ਵੀ ਇੱਥੇ ਖਲੋਤੇ ਹੋ ਸੋਹਣਾ ਨਹੀਂ ਅੱਜ ਉਹ ਅੱਜ ਮੂਜ਼ੂ ਭਾਈ ਵੀ ਨਜ਼ਰ ਆ ਗਏ ਜੀ ਉਹ ਇੱਦਾਂ ਚੰਦ ਇੱਧਰ ਨਿਕਲ ਵੀ ਆਇਆ ਪਹਿਲਾਂ ਹੋਰ ਭਾਈ ਕੀ ਹਾਲ ਹੈ ਦੇਖਾ ਕਿੱਥੇ ਤੁਰ ਗਏ ਹੋ ਵਿਆਹ ਤੋਂ ਬਾਅਦ ਨਜ਼ਰ ਹੀ ਨਹੀਂ ਆਏ ਵੇਲੇ ਬੰਦੇ ਨਜ਼ਰ ਆ ਗਿਆ ਮੈਂ ਇਹਨਾਂ ਨੂੰ ਵੇਖ ਲਈਏ ਕੀ ਕਰਦੇ ਨੇ ਪੇ ਅੱਛਾ ਜੀ ਆਪਣੀ ਫੋਟੋ ਖਿੱਚੋ ਖਿੱਚੋ ਅੱਜ ਅਫਤਾਰੀ ਤੂੰ ਕਿਹੜਾ ਸਾਨੂੰ ਬੁਲਾਇਆ ਕੋਈ ਮੈਸੇਜ ਨੀ ਤੇਰਾ ਭਾਈ ਕੋਈ ਮੈਸੇਜ ਨੀ ਹੈ ਖੋਲੋ ਵੇਖੋ ਮੈਂ ਲਿਖਿਆ ਅਫਤਾਰੀ ਕਰਾਣੀ ਆਇਓ ਇਹਨਾਂ ਥੱਲੇ ਲਿਖਿਆ ਓਕੇ ਅੱਛਾ ਉਧਰ ਮੈਂ ਕੀਤਾ ਉਦਨ ਦਾ ਚਲੋ ਯਾਰ ਕੰਮ ਸ਼ਾਮ ਹੋ ਰਿਹਾ ਸੀ ਹਵੇਲੀ ਵਿਹਨੇ ਆ ਮੋਟਰ ਸ਼ੂਟਰ ਲੱਗ ਗਈ ਸੀ ਵੈਸੇ ਤੇ ਪੌਦਿਆਂ ਨਾਲ ਕੰਮ ਰਹਿ ਗਿਆ ਸੀ ਤੇ ਸ਼ਾਵਰ ਲੱਗਣ ਵਾਸਤੇ ਹਾਂ ਕੀ ਇਹ ਜਿਹੜੀ ਅਸੀਂ ਆਉਂਦੇ ਆ ਅਫਤਾਰੀ ਦਾ ਟਾਈਮ ਹੋ ਗਿਆ ਤਕਰੀਬਨ ਰਹਿ ਗਏ ਨੇ ਕੋਈ 10 ਕੁ ਮਿੰਟ 10-15 ਮਿੰਟ ਤੇ ਤੁਹਾਨੂੰ ਪਤਾ ਜਲੀ ਭਾਈ ਵੱਲ ਉਤਾਰੀਏ ਤੇ ਚਲੀਏ ਉੱਧਰ ਨਿਕਲੀਏ ਸਾਡਾ ਹੀ ਜਾਏ ਯਾਰ ਹਰ ਪਾਸੇ ਤੇ ਚਲੋ ਇੱਧਰ ਨੂੰ ਹੋ ਜਾਂਦੇ ਹਾਂ ਮੇਰੇ ਸਾਰੇ ਮੁੰਡੇ ਤੁਰ ਗਏ ਨੇ ਤੇ ਮੈਂ ਹੀ ਰਹਿ ਗਿਆ ਵਾਂ ਮੈਂ ਚਲੋ ਤੁਰ ਚਲੀਏ ਲੇਟ ਹੋ ਗਏ ਹਾਂ ਬਾਹਰ ਵੱਲ ਚੱਲਦੇ ਹਾਂ ਘਰ ਉਹਨਾਂ ਦੇ ਪਹੁੰਚ ਗਏ ਜੀ ਆ ਜਾਓ ਤੁਸੀਂ ਉੱਤੇ ਤੇ ਬੈਠੇ ਹਾਂ ਸਾਰੇ ਚੱਲਦੇ ਹਾਂ ਕਿਹੜਾ ਕਿਹੜਾ ਬੈਠਾ ਹੈ ਇੱਥੇ ਮੈਂ ਚੋਰੀ ਚੋਰੀ ਵੀਡੀਓ ਬਣਾ ਲਈ ਇੱਥੋਂ ਹੀ ਸਾਰੇ ਬੈਠੇ ਨੇ ਆਪਣੇ ਰਾਏ ਸਾਹਿਬ ਨੇ ਜੀ ਰਾਏ ਖਰਲ ਸਾਹਿਬ ਬਿਸਮਿਲ੍ਲਾਹਿਰ ਰੋਜ਼ਾ ਖੁੱਲ ਗਿਆ ਜੀ ਆਹ
तेरे कहते नहीं माया ठीक है ना आओ भर साहब नु दई यार ओ भरक दे प्लेट एंड हो गया हूं की हालात ने परां किथे घर बने दे कहानियां पूरी मार गया ओ तलो हो जाए तो कैमरे ना पूछ यार वो यार ओ तो लड़ाई हो पई है आवाम जा रही है जी सारे एंड हो गया एक तो आयो तो कि घंबालू घंबाली जा रहे सारे अगो वेख रहे अच्छा जी वीडियो चाहना चाहता जी तद बोलना जाए मशहूर होना चाहती है बफ्तारी बगैरा करके नमाज बगैरा पढ़ के मैं आ गया वेली वेली कोई भी नहीं है देख लो कला ही बैठा वा आ जाते हैं हौली हौली सारे हूँ मौसम बड़ा प्यारा है हवा बड़ी ठंडी चल रही है तो मैं चलो बहने झट इतने वेली हुई तो तुम सारे जनाब वीडियो अच्छी लगी हुई वीडियो लाइक करो शेयर करो कमेंट शमेंट लाजमी मारो तो बाकी गिव वे चल रहा है 15,000 रुपया जी पता नहीं हूँ कितने किस्मत होना में ठीक है तो फटाफट चैनल सबसक्राइब कर दे जाओ चांद रात आने वाली है 4-5 दिन रह गए हैं 4-5 या 6-7 दिन नहीं कुछ दिन ही होने ठीक है इंशाल्लाह मुलाकात होंगी अगली वीडियो ओके अल्लाह हाफिज़ जी।